ਅਸਲਾਮੁਅਲੈਕੁਮ ਜੀ ਸਾਰੇ ਵੀਰਾਂ ਭਰਾਵਾਂ ਨੂੰ। ਇਹ ਜੂਨੀਅਰ ਜਿਹੜਾ ਮੈਚ ਹੋਇਆ ਸੀ ਰਾਣੇ ਅਕਮਲ ਦੇ ਅਤੇ ਨਾਲ ਹਮਜ਼ਾ ਗੁੱਜਰ ਅਤੇ ਇੱਕ ਟੱਚ ਦੇ ਬਾਅਦ ਬੜਾ ਰੌਲਾ ਪਿਆ ਸੀ ਅਤੇ ਆਵਾਮ ਵਿੱਚ ਆ ਗਈ ਸੀ ਗਰਾਊਂਡ ਦੇ। ਇਹ ਤੁਸੀਂ ਆਹ ਵੇਖੋ ਟੱਚ ਕਿਹਦਾ ਗਲਤ ਹੈ, ਹਮਜ਼ਾ ਗੁੱਜਰ ਦਾ ਟੱਚ ਗਲਤ ਹੈ ਕਿ ਰਾਣੇ ਅਕਮਲ ਦਾ ਟੱਚ ਗਲਤ ਹੈ। ਇਹਦੀ ਵਜ੍ਹਾ ਤੋਂ ਆਵਾਮ ਸਾਰੀ ਵਿੱਚ ਆ ਗਈ, ਬਾਕੀ ਦਾ ਮੈਚ ਖਤਮ ਹੋ ਗਿਆ, ਇਹ ਹਾਂਗਰੇ ਵੱਜਣ ਲੱਗ ਪਏ ਹਨ। ਇਹਨੂੰ ਮੈਂ 3 ਵਾਰੀ ਰੀਪਲੇ ਕਰਕੇ ਵੀ ਵਿਖਾਇਆ, ਇਸ ਮੈਚ ਇਸ ਸਾਲ ਨੂੰ ਮੈਂ 3 ਵਾਰੀ ਰੀਪਲੇ ਕਰਕੇ ਵਿਖਾਇਆ ਅਤੇ ਤੁਸੀਂ ਇਸ ਤੋਂ ਇਸ ਕਬੱਡੀ ਤੋਂ ਬਾਅਦ ਰੀਪਲੇ ਵੇਖ ਕੇ ਤੁਹਾਂ ਉਹਨੂੰ ਮੈਸੇਜ ਕਰਕੇ ਦੱਸਣਾ, ਕਮੈਂਟਸ ਕਰਕੇ ਦੱਸਣਾ ਕਿ ਇਹ ਕਿਹਦਾ ਗਲਤ ਹੈ ਅਤੇ ਕਿਹਦਾ ਸਹੀ ਹੈ। ਇਹ ਚੈੱਕ ਕਰਿਆ ਜੀ ਹੁਣ ਰੀਪਲੇ, ਇਹ ਰੀਪਲੇ ਵਿਖਾਇਆ ਜਾ ਰਿਹਾ ਜੀ, ਸਲੋ ਕਰਕੇ ਜ਼ੂਮ ਕਰਕੇ ਨੇੜੇ ਕਰਕੇ ਨਾ ਇਹ ਵਿਖਾਇਆ ਜਾ ਰਿਹਾ। ਇਹ ਟੱਚ ਕਿਹਦਾ ਸਹੀ ਹੈ, ਪਹਿਲਾਂ ਅੱਗੇ ਰਾਣਾ ਅਕਮਲ ਹੱਥ ਲਾਉਂਦਾ ਕਿ ਰਾਣਾ ਹਮਜ਼ਾ ਗੁੱਜਰ ਪਹਿਲਾਂ ਹੱਥ ਟੱਚ ਕਰਦਾ। ਇਹ ਚੈੱਕ ਕਰਿਆ ਜਰਾ, ਉਹ ਇਹ ਚੈੱਕ ਕਰਿਆ ਜੀ, ਇਹ ਇੱਕ ਵਾਰੀ ਤੁਹਾਨੂੰ ਵਿਖਾਇਆ ਜਾ ਰਿਹਾ ਰੀਪਲੇ ਕਰਕੇ ਅਤੇ ਇਹ ਉਹਨੇ ਹੱਥ ਟੱਚ ਕਰਨ ਦੀ ਕੋਸ਼ਿਸ਼ ਕਰਨ ਡਿਆ ਅਤੇ ਮਗਰ ਉਸੇ ਟਾਈਮ ਹੀ ਹਮਜ਼ਾ ਗੁੱਜਰ ਨੇ ਹੱਥ ਟੱਚ ਕਰ ਦਿੱਤਾ ਹੈ। ਉਹ ਅੱਗੇ ਵੀ ਇੱਕੋ ਹੱਥ ਟੱਚ ਹੋ ਗਿਆ ਅਤੇ ਪਿੱਛੇ ਵੀ ਹੱਥ ਟੱਚ ਹੋ ਗਿਆ। ਇਹ ਤੁਸੀਂ ਆਪ ਜੱਜ ਕਰਨਾ ਵੇਖਣ ਵਾਲਿਆਂ ਕਿ ਕਿਸ ਬੰਦੇ ਨੇ ਗਲਤੀ ਕੀਤੀ ਹੈ। ਫਿਲਹਾਲ ਅੰਪਾਇਰ ਨੇ ਤਾਂ ਜਾਫੀ ਦਾ ਨੰਬਰ ਦੇ ਛੱਡਿਆ ਸੀ, ਐਡਾ ਬਰੀਕੀ ਨਾਲ ਉਹਨੇ ਸਰ ਕੋਈ ਵੇਖਿਆ ਨਹੀਂ ਗਿਆ ਹੈ, ਉਹਨੇ ਉਸੇ ਟਾਈਮ ਨੰਬਰ ਦੇ ਛੱਡਿਆ ਜਾਫੀ ਦਾ। ਅਤੇ ਤੁਸੀਂ ਵੇਖੋ 2-3 ਵਾਰੀ ਜ਼ੂਮ ਕਰਕੇ, ਤੁਸੀਂ ਵੀ ਥੋੜ੍ਹਾ ਸਲੋ ਕਰਕੇ ਵੇਖਿਆ ਜੀ, ਜ਼ੂਮ ਕਰਕੇ ਵੇਖਿਆ ਜੀ ਕਿ ਹੱਥ ਕਿਹਦਾ ਪਹਿਲਾਂ ਟੱਚ ਹੋਇਆ। ਮਗਰ ਹਮਜ਼ਾ ਗੁੱਜਰ ਵੀ ਹੱਥ ਮਾਰ ਦਿੰਦਾ, ਇਹ ਦੂਜਾ ਰੀਪਲੇ ਵਿਖਾਇਆ ਗਿਆ ਹੈ। ਇਸ ਤੋਂ ਬਾਅਦ ਤੀਸਰਾ ਰੀਪਲੇ ਵੀ ਮੈਂ ਵਿਖਾਇਆ, ਮੈਨੇ ਚਲੋ ਜਿਹਨੂੰ ਸਮਝ ਨਾ ਲੱਗੇ ਉਹ ਤੀਸਰੀ ਵਾਰੀ ਵੇਖ ਕੇ ਸਮਝ ਅਤੇ ਸੋਚ ਕੇ ਦੱਸਣਾ, ਐਵੇਂ ਨਹੀਂ ਦੱਸ ਛੱਡਣਾ ਕਿ ਫਲਾਣੇ ਬੰਦੇ ਦਾ ਹੱਥ ਟੱਚ ਪਹਿਲਾਂ ਹੋਇਆ। ਵੇਖ ਕੇ ਧਿਆਨ ਨਾਲ ਗੌਰ ਨਾਲ ਵੇਖ ਕੇ ਦੱਸਣਾ। ਇਸ ਸਾਹ ਤੋਂ ਬੜੇ ਰੌਲੇ ਪਏ ਸਨ, ਇਸ ਟੱਚ ਤੋਂ ਬੜਾ ਰੌਲਾ ਪਿਆ ਸੀ ਉਸ ਮੈਚ ਦੇ ਉੱਤੇ ਅਤੇ ਆਵਾਮ ਸਾਰੀ ਵਿੱਚ ਆ ਕੇ ਹਾਂਗਰੇ ਮਾਰਨ ਲੱਗ ਪਈ। ਉੱਧਰੋਂ ਉਹਨਾਂ ਦੀ ਪਾਰਟੀ ਵੀ ਹਾਂਗਰੇ ਮਾਰਨ ਲੱਗ ਪਈ, ਇੱਧਰੋਂ ਇਹਨਾਂ ਦੀ ਪਾਰਟੀ ਵੀ ਹਾਂਗਰੇ ਮਾਰਨ ਲੱਗ ਪਈ, ਹੰਸਾ ਗੁੱਜਰ ਦੀ ਵੀ। ਚੈੱਕ ਕਰਕੇ ਦੱਸਿਆ ਯਾਰ ਸਾਰੇ ਵੀਰ ਭਰਾ।